ਕੀ ਮਾਮਲਾ ਹੈ ਇਹ ਜੀ ਸਾਡੇ ਡਾਕਟਰ ਸੁਖਚੈਨ ਸਿੰਘ ਗਿੱਲ ਮਾਨਸੂ ਕਮਿੰਦਰ ਪੁਲਿਸ ਡੀ ਸੀ ਪੀ ਸਾਹਿਬ ਡਿਟੈਕਟਿਵ ਏ ਡੀ ਸੀ ਪੀ ਸਾਹਿਬ ਡਿਟੈਕਟਿਵ ਸਰਦਾਰ ਜਗਰਾਜ ਸਿੰਘ ਸਰਦਾਰ ਹਰਮਿੰਦਰ ਸਿੰਘ ਸੰਧੂ ਏ ਸੀ ਪੀ ਡਿਟੈਕਟਿਵ ਅਤੇ ਸਰਦਾਰ ਇੰਦਰਜੀਤ ਸਿੰਘ ਇੰਚਾਰਜ ਸੀ ਏ ਸਟਾਫ ਅੰਮ੍ਰਿਤਸਰ ਦੀਆਂ ਹਦਾਇਤਾਂ 'ਤੇ ਕੱਲ੍ਹ ਪੁਲਿਸ ਪਾਰਟੀ ਗਸ਼ਤ ਕਰ ਰਹੀ ਸੀ। ਇਸੇ ਦੌਰਾਨ ਮੁਖਬਰੀ ਮਿਲੀ ਸੀ ਕਿ ਇੱਕ ਗੋਲਡ ਨੇਵੀ ਦੇ ਨੇੜੇ ਜੋੜਾ ਫਾਟਕ ਇੱਕ ਆਦਮੀ ਨੌਜਵਾਨ ਜਿਹਦੇ ਇੱਕ ਮੋਮੀਨ ਫਾਫਾ ਫੜਿਆ ਉਹਦੇ ਕੋਲ ਚਰਸਿਆ ਅਤੇ ਇਸ 'ਤੇ ਜਦੋਂ ਉਹਦੀ ਤਲਾਸ਼ੀ ਕੀਤੀ ਗਈ ਉਹਦੇ ਜਿਹੜੇ ਲਿਫਾਫਾ ਜਿਹੜਾ ਉਹਨੇ ਫੜਿਆ ਸੀਗਾ ਉਹਦੇ ਵਿੱਚੋਂ 1 ਕਿਲੋ 80 ਗ੍ਰਾਮ ਚਰਸ ਬਰਾਮਦ ਹੋਈ ਆ। ਇਹਦੇ ਖਿਲਾਫ਼ ਮੁਕ੦ਮਾ ਨੰਬਰ 3 MT 17-1-21 ਅੰਡਰ ਸੈਕਸ਼ਨ 20-85 NDPS ਐਕਟ ਥਾਣਾ ਮੋਗੋ ਬਰਾ ਦਰਜ ਰਜਿਸਟਰ ਕੀਤਾ ਗਿਆ ਵਾ। ਤਫਤੀਸ਼ ਕਰ ਰਹੇ ਹਾਂ ਦੋਸ਼ੀ ਨੂੰ, ਹੁਣ ਪੁਲਿਸ ਰਿਮਾਂਡ ਲੈ ਕੇ ਉਸ ਤੋਂ ਬਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਆ, ਬਰੀਕੀ ਨਾਲ ਪੁੱਛਗਿੱਛ ਕਰਾਂਗੇ ਕਿ ਕਿੱਥੋਂ ਲਿਆ ਗਿਆ।